ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਮਾਂ ਵਾਸਤੇ ਕੁਛ ਦੋ ਲੈਣਾ ਬੋਲਣਾ ਚਾਹੂੰਗਾ, ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਣੇ ਮਾਂ ਪਿਓ ਵਾਸਤੇ ਕਰੀਏ, ਉਹਨਾਂ ਦੇ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਕਰੀਏ। ਔਰ ਇਸ ਤਰ੍ਹਾਂ ਇੱਕ ਬੱਚਾ ਉਸਦੀ ਮਾਂ ਮਰ ਜਾਂਦੀ ਆ ਅਤੇ ਉਹ ਦੁਨੀਆਂ ਨੂੰ ਕੀ ਕਹਿੰਦਾ ਹੈਗਾ ਆ ਕਿ ਮਾਂ ਇੱਕ ਐਸੀ ਚੀਜ਼ ਜੋ ਇੱਕ ਵਾਰੀ ਦੁਨੀਆਂ ਤੋਂ ਚੱਲ ਜਾਵੇ ਮੁੜ ਕੇ ਵਾਪਸ ਨਹੀਂ ਆਉਂਦੀ, ਉਹਦੇ ਵਾਸਤੇ ਦੋ ਲੈਣਾ ਕੀ ਕਹਿ ਰਿਹਾ ਕਲਾਕਾਰ, ਸੁਣਿਓ ਜਰਾ। ਇੰਨੀਆਂ ਕੁੜੀਆਂ ਜੱਗ ਤੇ ਸ਼ਾਮਾਂ ਲੱਭਦੀਆਂ ਨਹੀਂ, ਜਦ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਹੋ ਜਦ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮਾਂ ਦਾ ਪੁੱਤ ਭਾਵੇਂ ਨਸ਼ੇ ਕਰਦਾ ਹੋਵੇ ਭਾਵੇਂ ਚੋਰੀ ਕਰਦਾ ਹੋਵੇ, ਪਰ ਮਾਂ ਵਾਸਤੇ ਉਸਦਾ ਪੁੱਤ ਪੋਤੀ ਹੁੰਦਾ ਆ। ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਂ ਅੱਖ ਨਿਸਰ ਜਗ ਤੋਂ ਚੰਗੇ ਨੇ, ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਂ ਅੱਖ ਨਿਸਰ ਜਗ ਤੋਂ ਚੰਗੇ। ਜਦ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਹੋ ਜਦ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮਾਂ ਦੇ ਮਨ ਦੀਪ ਅੰਤ ਵਿਛੋੜਾ ਪੈਣਾ ਏ, ਆਪੇ ਡਿੱਗਣਾ ਆਪੇ ਉੱਠਣਾ ਪੈਣਾ ਏ। ਮਾਂ ਦੇ ਮਨ ਦੀਪ ਅੰਤ ਵਿਛੋੜਾ ਪੈਣਾ ਏ, ਆਪੇ ਡਿੱਗਣਾ ਆਪੇ ਉੱਠਣਾ ਪੈਣਾ ਏ। ਨਾ ਜਗ ਤੇ ਉਹ ਜਿਹੀਆਂ ਦੁਆਵਾਂ ਲੱਭਦੀਆਂ ਨਹੀਂ, ਜਦ ਤੁਰ ਜਾਵਣ ਇੱਕ ਵਾਰ ਤੇ ਮਾਂ ਲੱਭਦੀਆਂ ਨਹੀਂ, ਹੋ ਤੁਰ ਜਾਵਣ ਇੱਕ ਵਾਰ ਤੇ ਮਾਂ ਲੱਭਦੀਆਂ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।